ਪਰ ਰਹਿਣ ਦੇ ਭੂਆ ਰਹਿਣ ਦੇ, ਹੁਣ ਤਾਂ ਭਾਜੀ ਲਿਆਏਗੀ ਤਾਂ ਹੀ ਗੁਲਾਬੋ ਖੁਸ਼ ਹੋਏਗੀ। ਓ ਜੀ ਸਤਿ ਸ਼੍ਰੀ ਅਕਾਲ, ਗੱਲਾਂ ਵਿਦ ਗੁਲਾਬੋ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਤੁਸੀਂ ਸੋਚਦੇ ਹੋਣੇ ਹੋ ਵੀ ਗੁਲਾਬੋ ਬੜੀ ਤਿਆਰ ਸ਼ਿਆਰ ਹੋਈ ਪਈ ਹੈ, ਕਿਹੜੀਆਂ ਗੱਲਾਂ ਨੇ? ਬਈ ਦੱਸਦੀ ਹਾਂ, ਆਣਾ ਸਾਡੇ ਪਿੰਡ ਵਿੱਚ ਸਾਡੀ ਭੂਆ ਰਹਿੰਦੀ ਹੈਗੀ ਹੈ, ਅਤੇ ਉਹਨਾਂ ਦੇ ਨਾ ਅੱਜ ਮੁੰਡੇ ਦਾ ਵਿਆਹ ਉਹਨਾਂ ਨੇ ਪੱਕਾ ਕੀਤਾ, ਅਤੇ ਅੱਜ ਉਹਨਾਂ ਨੇ ਜਾਗੋ ਕੱਢਣੀ ਸੀ। ਮੈਂ ਵੀ ਉੱਥੇ ਹੀ ਤਿਆਰ ਹੋ ਕੇ ਗਈ ਸੀ, ਬਈ ਇੰਨਾ ਸੋਹਣਾ ਸੱਜ ਕੇ ਆਈ ਸੀ, ਅਦੋਂ ਪਰਾਂਦਾ ਵੀ ਪਾਇਆ, ਇੰਨਾ ਸੋਹਣਾ ਤਿਆਰ ਹੋਈ। ਮੈਂ ਕਿਹਾ ਜੀ ਜਾਗੋ ਦੇ ਵਿੱਚ ਤਾਂ ਨਜ਼ਾਰੇ ਆ ਜੂਗੇ, ਬਈ ਸੁਹਾਗ ਹੋਊਗੇ, ਕਿੱਧਰੇ ਕੁਝ ਹੋਏਗਾ, ਕਿੱਧਰੋਂ ਆ ਰਿਵਾਜ਼ ਹੋਊਗੇ, ਬਟ ਸਾਰਾ ਮਜ਼ਾ ਕਿੱਥੇ ਰਹਿਣਾ? ਬਈ ਇਹ ਡੀਜੇ ਦੇ ਸ਼ੋਰ ਨੇ ਕਾਂ ਚਾਂ ਪਾਂ ਇੰਨਾ ਕੁਝ ਸ਼ੋਰ ਮਚਾ ਦਿੱਤਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਬਈ ਇੰਨੇ ਸੋਹਣੇ ਸੋਹਣੇ ਰਿਵਾਜ਼ ਹੁੰਦੇ ਸੀਗੇ, ਕਿਤੇ ਸੁਹਾਗ ਗਾਇਆ ਜਾਂਦਾ ਸੀ, ਕਿਤੇ ਘੋੜੀਆਂ ਗਾਈਆਂ ਜਾਂਦੀਆਂ ਸੀ, ਕਿਤੇ ਕੁਝ ਅਤੇ ਕਿਤੇ ਕੁਝ। ਬਈ ਇੰਨੇ ਸਾਦਗੀ ਦੇ ਨਾਲ ਇੰਨੇ ਸੋਹਣੇ ਸੋਹਣੇ ਰਿਵਾਜ਼ ਜਿਹੜੇ ਹੁੰਦੇ ਸੀ, ਜਦੋਂ ਵੀ ਕੋਈ ਸਾਖ ਪੱਕਾ ਹੁੰਦਾ ਸੀ ਪਿੰਡ ਵਿੱਚ, ਪਹਿਲਾਂ ਹੀ ਹਲਵਾਈ ਪਾ ਲੈਂਦੇ ਸੀ ਘਰ ਦੇ ਵਿੱਚ, ਇੰਨੇ ਸੋਹਣੇ ਸੋਹਣੇ ਰੋਟੀਆਂ, ਇੰਨੇ ਸੋਹਣੀ ਸੋਹਣੀ ਮਿਠਾਈਆਂ ਬਣਾਉਂਦੇ ਸੀ, ਪੂਰੇ ਪਿੰਡ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਘਰ ਦੇ ਵਿੱਚ ਵਿਆਹ ਹੈਗਾ, ਅਤੇ ਰਿਸ਼ਤੇਦਾਰ ਹਫ਼ਤਾ ਹਫ਼ਤਾ 10-10 ਦਿਨ ਪਹਿਲਾਂ ਹੀ ਆ ਜਾਂਦੇ ਸੀ ਘਰ ਦੇ ਵਿੱਚ। ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਸੀ, ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਵੀ ਫਲਾਣੇ ਦਾ ਆਹ ਰਿਸ਼ਤੇਦਾਰ ਆ ਅਤੇ ਆਹ ਇਹਦਾ ਪ੍ਰਾਹੁਣਾ ਆ। ਅਤੇ ਅੱਜ ਕੱਲ੍ਹ ਦੇ ਘਰ ਦੇ ਨਿਆਣਿਆਂ ਨੂੰ ਹੀ ਨਹੀਂ ਪਤਾ ਹੈਗਾ ਕਿ ਆਹ ਕੌਣ ਹੈਗਾ ਰਿਸ਼ਤੇਦਾਰ, ਭਲਾ ਇਹ ਕੋਈ ਹੁਣ ਰਹਿ ਗਈ ਗੱਲਬਾਤ। ਬਈ ਇਸ ਲਈ ਅੱਜ ਮੈਂ ਕਿਹਾ ਤੁਹਾਡੇ ਨਾਲ ਵੀ ਫਿਰ ਮੈਂ ਇਹੀਓ ਗੱਲਾਂ ਬਾਤਾਂ ਕਰਦੀ ਹਾਂ। ਅੱਜ ਫਿਰ ਤੁਸੀਂ ਮੈਨੂੰ ਦੱਸਣਾ ਵੀ ਉਹ ਰਿਵਾਜ਼ ਜਿਹੜੇ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਪਤਾ ਹੀ ਨਹੀਂ ਆ, ਵੀ ਆ ਪਨੀਰ ਹੀ ਜਾਣਦੀ ਨਹੀਂ ਆ ਕਿ ਇਹ ਕਿਹੜੇ ਰਿਵਾਜ਼ ਹੁੰਦੇ ਸੀ, ਅੱਜ ਜਦੋਂ ਸਾਖ ਹੁੰਦਾ ਸੀ ਤਾਂ ਕੀ ਹੁੰਦਾ ਸੀ, ਅੱਜ ਜਦੋਂ ਜਾਗੋ ਕੱਢੀ ਜਾਂਦੀ ਸੀ ਵੀ ਇੱਧਰੋਂ ਗਵਾਂਢੀ ਦੇ ਘਰੋਂ ਜਾਂਦੇ ਉੱਧਰ ਗਵਾਂਢੀ ਦੇ ਘਰ ਜਾਂਦੀ ਸੀ, ਅਤੇ ਅੱਜ ਕੱਲ੍ਹ ਕੋਈ ਵੀ ਆਪਾਂ ਕੁਝ ਵੀ ਫੰਕਸ਼ਨ ਕਰਨਾ ਹੁੰਦਾ ਘਰ ਦੇ ਵਿੱਚ, ਬਸ ਆ ਡੀਜੇ ਵਜਾ ਲਓ, ਨੱਚੀ ਜਾਓ ਨੱਚੀ ਜਾਓ ਨੱਚੀ ਜਾਓ, ਅਤੇ ਰਿਵਾਜ਼ਾਂ ਦੀ ਸਾਦਗੀ ਭਲਾ ਕਿੱਥੇ ਰਹਿ ਗਈ ਹੈ? ਇਹੀਓ ਸਾਦਗੀ ਨੂੰ ਯਾਦਾਂ ਤਾਜ਼ਾ ਕਰਨ ਲਈ ਤਾਂ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਆਈ ਹਾਂ। ਅਤੇ ਬਈ ਮੈਨੂੰ ਹੁਣ ਚੇਤਾ ਨਹੀਂ ਆਉਂਦਾ ਪਿਆ ਕਿ ਭਲਾ ਕਿੱਦਾਂ ਯਾਰ ਕਿਹੜੇ ਕਿਹੜੇ ਰਿਵਾਜ਼ ਜਿਹੜੇ ਸੀਗੇ ਉਹ ਸਾਡੇ ਸਿਆਣੇ ਕਹਿੰਦੇ ਹੁੰਦੇ ਸੀਗੇ। ਬਈ ਮੁੰਡੇ ਦਾ ਵਿਆਹ ਹੋਣਾ, ਮੱਥੇ 'ਤੇ ਚਮਕਣ ਵਾਲ, ਮੇਰੇ ਬੰਨੜੇ ਦੇ, ਹਾਏ ਓਏ। ਬਈ ਇਹੋ ਜਿਹੇ ਰਿਵਾਜ਼ ਸਾਦਗੀਆਂ ਭਰੇ ਹੁੰਦੇ ਸੀ ਅਤੇ ਕਿੰਨੇ ਨਜ਼ਾਰੇ ਆ ਜਾਂਦੇ ਸੀ, ਅਤੇ ਅੱਜ ਕੱਲ੍ਹ ਤਾਂ ਹੀ ਉਹ ਤਾਂ ਫਿਰ ਨਿੱਕੇ ਨਿੱਕੇ ਜਵਾਕ ਵੀ ਕਹਿੰਦੇ ਫਿਰਦੇ ਆ, ਡੀ ਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦਿਉ, ਡੀ ਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦਿਉ। ਬਈ ਛੱਡੋ ਇਹਨੂੰ, ਅਤੇ ਵਿਆਹ ਦੀ ਗੱਲ ਕਰਾਂ ਭਲਾ, ਬਈ ਪਹਿਲਾਂ ਵਿਆਹ ਹੁੰਦੇ ਸੀ ਰੁਪਈਆਂ 'ਚ ਹੋ ਜਾਂਦੇ ਸੀ, ਹਜ਼ਾਰਾਂ 'ਚ ਹੋ ਜਾਂਦੇ ਸੀ, ਅਤੇ ਅੱਜ ਕੱਲ੍ਹ ਆ ਨਿਆਣੇ ਦਾ ਮਾੜਾ ਜਨਮ ਦਿਨ ਵੀ ਕਰਨਾ ਹੋਵੇ ਲੱਖਾਂ ਲੱਖਾਂ ਲਾ ਛੱਡਦੇ ਆ, ਵਿਆਹਾਂ ਦੀ ਤਾਂ ਦੂਰ ਦੀ ਗੱਲ ਨਹੀਂ, ਲੱਖਾਂ ਕੀ ਕਰੋੜਾਂ ਕੀ, ਅਤੇ ਕਿੱਥੇ ਹਜ਼ਾਰਾਂ 'ਚ ਹੋ ਜਾਂਦੇ ਸੀ। ਭਲਾ ਵੀ ਕੋਈ ਹੁਣ ਟਾਈਮ ਰਹਿ ਗਿਆ? ਚਲੋ ਕੋਈ ਨਾ, ਸਾਡਾ ਤਾਂ ਫਰਜ਼ ਬੰਦਾ ਉਹਨਾਂ ਰਿਵਾਜ਼ਾਂ ਨੂੰ ਚੇਤੇ ਕਰਨ ਦਾ, ਚੇਤੇ ਕਰਾਵਾਂਗੇ ਤਾਂ ਹੀ ਉਹ ਤਾਂ ਫਿਰ ਰਿਵਾਜ਼ਾਂ ਨੂੰ ਉਨਾ ਹੀ ਸਾਦਗੀ ਉਨੀ ਖੂਬਸੂਰਤੀ ਦੇ ਨਾਲ ਅਸੀਂ ਸਾਰੇ ਜਿਹੜੇ ਆ ਮਾਣ ਮਾਨਾਂਗੇ। ਭਲਾ ਸਹੀ ਕਹਿ ਰਹੀ ਹਾਂ ਕਿ ਨਹੀਂ ਕਹਿ ਰਹੀ? ਬਈ ਸਹੀ ਤਾਂ ਕਹਿਣਾ ਆ, ਆ ਭੂਆ ਦੇਖ ਲਓ ਗਈ ਸੀ। ਮੈਂ ਕਿਹਾ ਕਿ ਚਲੋ ਸੋਹਣੇ ਜਿਹੇ ਰਿਵਾਜ਼ ਜਿਹੜੇ ਆ ਅੱਜ ਯਾਦਾਂ ਤਾਜ਼ੀਆਂ ਹੋਣਗੇ, ਵੀ ਇੰਨੇ ਦੇਰ ਬਾਅਦ ਸਾਡੇ ਪਿੰਡ ਦੇ ਵਿੱਚ ਕਿਸੇ ਦਾ ਵਿਆਹ ਆਇਆ ਵਾ ਭਲਾ। ਅਤੇ ਉੱਥੇ ਕੀ ਸੀ, ਬਈ ਮੁੰਡੇ ਦੇ ਦੋਸਤ ਲੱਗੇ ਹੋਏ ਸੀਗੇ ਇੱਧਰੋਂ ਦੀ, ਆ ਚਾਚੇ ਨੇ ਗਲਾਸ ਫੜਿਆ, ਆ ਸਭ ਕੁਝ, ਬਸ ਆ ਰੋਲੇ ਰੱਪੇ, ਕੁਝ ਸਮਝ ਨਹੀਂ ਆਉਂਦਾ ਵੀ ਲੱਗਦਾ ਜਾਗੋ ਹੈਗੀ ਵੀ ਹੈ ਕਿ ਨਹੀਂ ਹੈਗੀ। ਭਲਾ ਕੋਈ ਚੱਕਰ ਨਹੀਂ ਆ, ਮੈਂ ਇੱਦਾਂ ਕਰਦੀ ਹਾਂ ਵੀ ਤੁਹਾਡੇ ਤੋਂ ਜਾਣ ਨਹੀਂ, ਤੁਹਾਡਾ ਕੀ ਕਹਿਣਾ ਇਸ ਬਾਰੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਤਜਿੰਦਰ ਸਿੰਘ, ਟੋਰਾਂਟੋ ਤੋਂ ਜੀ। ਤਜਿੰਦਰ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡੇ? ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ? ਬਈ ਵਧੀਆ ਹੈਗੇ। ਮੈਂ ਤੁਹਾਨੂੰ ਦੱਸਿਆ ਨਹੀਂ, ਮੈਂ ਨਾ ਜਾਗੋ 'ਤੇ ਹੋ ਕੇ ਆਈ ਸੀਗੀ ਭਲਾ, ਉੱਥੇ ਤਾਂ ਬਈ ਐ ਸ਼ੋਰ ਇੰਨਾ ਡੀਜਿਆਂ ਦਾ ਖਰਾਬਾ ਹੈਗਾ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਵੀ ਇੰਨੇ ਸੋਹਣੇ ਸੋਹਣੇ ਰਿਵਾਜ਼ ਹੁੰਦੇ ਸੀਗੇ, ਤੁਹਾਨੂੰ ਭਲਾ ਕੋਈ ਰਿਵਾਜ਼ ਚੇਤਾ ਹੈਗਾ ਆ? ਅੱਜ ਕੱਲ੍ਹ ਵੀ ਵੈਸੇ ਚੱਲਦੇ ਆ, ਬਟ ਜ਼ਿਆਦਾਤਰ ਤਾਂ ਬਸ ਨੱਚ ਨੁੱਚ 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 ਕੇ ਹੀ ਬਸ ਅੱਧੇ ਹੀ ਨਿਬੇੜੀ ਜਾਂਦੇ ਪਏ, ਤੁਹਾਡਾ ਕੀ ਕਹਿਣਾ ਭਲਾ ਇਹਦੇ ਬਾਰੇ? ਮੈਂ ਦੱਸਦਾ ਜੀ, ਜਿਹੜਾ ਛੱਜ ਤੋੜਨ ਦਾ ਹੁੰਦਾ ਨਾ ਸਵਾਦ, ਉਹਦੇ ਵਰਗੀ ਰੀਤ ਨਹੀਂ। ਕਿਆ ਬਾਤ ਹੈ! ਅੱਛਾ, ਤੁਹਾਡੇ ਵਿਆਹ ਦੇ ਉੱਤੇ ਫਿਰ ਹੋਇਆ ਸੀ ਇਹ ਰਿਵਾਜ਼? ਬਿਲਕੁਲ ਹੋਇਆ ਜੀ, ਬਹੁਤ ਮਤਲਬ ਸਾਡੇ ਘਰ ਦੇ ਸਿਸਟਰ ਵਗੈਰਾ ਭਰਜਾਈਆਂ ਛੱਜ ਤੋੜਨ ਦੇ ਵਿੱਚ। ਅੱਛਾ। ਹਾਂ, ਤੇ ਬਹੁਤ ਮਜ਼ਾ ਆਉਂਦਾ ਸੀਗਾ, ਇੰਜੋਏ ਬਹੁਤ ਕਰਦੇ ਸੀਗੇ, ਭੰਗੜਾ ਭੁੰਗੜਾ ਹੈ ਨਾ ਜੀ। ਬਈ ਭੰਗੜਾ ਤਾਂ ਹੋਣਾ ਚਾਹੀਦਾ, ਭੰਗੜੇ ਨਾਲ ਸਵਾਦ ਤਾਂ ਆ ਜਾਂਦਾ। ਬਈ ਮੈਂ ਗੱਲਬਾਤ ਕਰਦੀ ਹਾਂ ਉਹ ਜਿਹੜੇ ਰਿਵਾਜ਼ ਜਿਹੜੇ ਅੱਜ ਕੱਲ੍ਹ ਦੇ ਸਾਡੇ ਆ, ਜਿੰਨੇ ਵੀ ਨਿਆਣੇ ਆ ਜਵਾਕ ਨਹੀਂ ਜਾਂਦੇ, ਭਲਾ ਮੈਨੂੰ ਵੀ ਕੀ ਪਤਾ ਨਾ ਪਤਾ ਹੋਵੇ, ਉਹ ਜਿਹੜੇ ਰਿਵਾਜ਼ ਹੈਗੇ ਤੁਹਾਡੇ ਤੋਂ ਵੀ ਜਾਣਨ ਤੋਂ ਮਿਲਣ। ਬੱਚਿਆਂ ਨੂੰ ਤਾਂ ਅੱਜ ਕੱਲ੍ਹ ਦੀ ਬਸ ਉਹੀ ਅੰਗਰੇਜ਼ੀ ਕਰਨੀ ਚਾਹੀਦੀ ਹੈ, ਡੀਜੇ ਵਾਲੇ ਬਾਬੂ, ਆ ਅੰਗਰੇਜ਼ੀ ਬੀਟ ਤੇ ਨੱਚੀ ਚੱਲੋ, ਆ ਨੱਚੀ ਚੱਲੋ, ਕੋਈ ਕੀਲਸ ਫੇਰਾ ਲੈ ਜਾਊਗਾ ਹੈ ਨਾ, ਦੋ ਆਪਣੇ ਬੱਚੇ। ਇਹ ਕੁਛ ਚੱਲਦਾ ਜੀ ਅੱਜ ਕੱਲ੍ਹ, ਬਾਕੀ ਪੰਜਾਬੀ ਕਲਚਰ ਪੁਰਾਣਾ ਤਾਂ ਭੁੱਲ ਹੀ ਗਏ ਆ ਜੀ। ਕੋਈ ਚੇਤਾ ਨਹੀਂ ਆ, ਆਪਾਂ ਇੱਦਾਂ ਕਰਦੇ ਹੈਗੇ ਇੰਨਾ ਹੀ ਯਾਦਾਂ ਨੂੰ ਤਾਜ਼ੇ ਕਰੀ ਚਲਦੇ, ਨਾਲੇ ਇੱਕ ਹੋਰ ਕਲਰ 'ਤੇ ਵੀ ਪੁੱਛ ਲੈਂਦੇ ਹਾਂ ਭਲਾ ਉਹਨਾਂ ਦੇ ਵਿਆਹ ਦੇ ਵਿੱਚ ਇਹੋ ਜਿਹਾ ਕੀ ਹੋਇਆ ਸੀਗਾ। ਅਤੇ ਤੁਹਾਡਾ ਬਹੁਤ ਸ਼ੁਕਰੀਆ ਜੀ ਗੱਲਬਾਤ ਕਰੇ, ਅਤੇ ਇੰਨੇ ਸੋਹਣੇ ਰਿਵਾਜ਼ ਨੂੰ ਸਾਨੂੰ ਦੱਸਣ ਦੇ ਲਈ, ਯਾਦ ਤਾਜ਼ਾ ਕਰਵਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
ਹੈਲੋ ਮੈਂ ਕਿਹਾ ਜੀ ਟੀਵੀ ਦੀ ਬਾਤ ਥੋੜ੍ਹੀ ਹੌਲੀ ਕਰ ਲਓ ਅਤੇ ਸਾਨੂੰ ਦੱਸੋ ਫਿਰ ਜੀ ਤੁਸੀਂ ਕਿੱਥੇ ਬੋਲ ਰਹੇ ਅਤੇ ਕੌਣ ਬੋਲਦੇ ਪਿਓ। ਚਲੋ ਕੋਈ ਗੱਲ ਨਹੀਂ ਹੈਗੀ ਆ ਬਈ, ਇੱਦਾਂ ਹੈਗਾ ਮੈਂ ਆਪਣੇ ਸਾਰੇ ਕਾਲਰਸ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗੀ, ਜਦੋਂ ਵੀ ਤੁਸੀਂ ਫੋਨ 'ਤੇ ਗੱਲ ਕਰਨੀ ਨਾ ਟੀਵੀ ਦੀ ਵੋਲਿਊਮ ਹੌਲੀ ਕਰਕੇ ਕਰਿਓ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੌਣ ਬੋਲ ਰਹੇ ਅਤੇ ਕਿੱਥੋਂ ਬੋਲਦੇ ਪਿਓ? ਮੈਂ ਗੁਰਚਰਨ ਬੋਲਦੀ ਹਾਂ, ਨੌਰਥ ਕੈਰੋਲਾਈਨਾ। ਗੁਰਚਰਨ ਜੀ, ਕਿਵੇਂ ਹਾਲ ਚਾਲ ਨੇ? ਸਿਹਤ ਸਭ ਠੀਕ ਆ? ਠੀਕ ਹੈ, ਬਈ ਚੰਗੀਆਂ ਚਾਹੀਦੀਆਂ ਨੇ। ਅੱਛਾ, ਮੈਂ ਕਹਿੰਦੀ ਸੀ ਭਲਾ ਆ ਸਾਡੇ ਪਿੰਡ ਦੇ ਵਿੱਚ ਜਾਗੋ ਨਿਕਲ ਕੇ ਗਈ ਆ, ਬਈ ਅੱਜ ਕੱਲ੍ਹ ਦੇ ਰਿਵਾਜ਼ਾਂ ਨੂੰ ਕੀ ਹੋ ਗਿਆ, ਬਈ ਸ਼ੋਸ਼ਾ ਪੂਣਾ ਹੋ ਗਿਆ ਸਾਰਾ, ਇੰਨੇ ਇੰਨੇ ਪੈਸੇ ਲਾਈ ਜਾਂਦੇ ਆ ਅਤੇ ਰਿਵਾਜ਼ ਸਾਰੇ ਭੁੱਲੀ ਜਾਂਦੇ ਪਏ ਆ। ਭਲਾ ਤੁਹਾਡੇ ਵਿਆਹ ਦੇ ਵਿੱਚ ਇਹੋ ਜਿਹਾ ਕੋਈ ਰਿਵਾਜ਼ ਹੋਇਆ ਹੋਵੇ, ਜਾਂ ਇਹੋ ਜਿਹੇ ਕੋਈ ਇੰਨੇ ਸੋਹਣੇ ਸੋਹਣੇ ਸਾਦਗੀ ਭਰੇ ਬਹੁਤ ਸਾਰੇ ਸਾਰੇ ਰਿਵਾਜ਼ ਹੁੰਦੇ ਸੀਗੇ, ਭਲਾ ਤੁਹਾਨੂੰ ਉਹ ਯਾਦਾਂ ਕੋਈ ਚੇਤਾ ਹੈਗੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੋਗੇ? ਉਦੋਂ ਜਦੋਂ ਹੁਣ ਤਾਂ ਡੀਜੇ ਲਾ ਕੇ ਜਾਗੋ ਅਤੇ ਉੱਥੇ ਰੌਲਾ ਪਾਈ ਜਾਂਦੇ, ਉਦੋਂ ਜਾਗੋ ਕੱਢਦੇ ਹੁੰਦੇ, ਆਂਢ ਗੁਆਂਢ ਸਕੇ ਘਰਾਂ 'ਚ ਲੈ ਕੇ ਜਾਂਦੇ ਹੁੰਦੇ, ਰਾਤ ਨੂੰ ਲੋਕਾਂ ਦੇ ਕੱਚੇ ਘਰਾਂ ਦੇ ਪਨਾਲੇ ਹੁੰਦੇ, ਉਹ ਪਨਾਲੇ ਢਾਉਂਦੇ ਹੁੰਦੇ, ਜਿਹੜੇ ਕੋਈ ਗਲੀਆਂ 'ਚ ਪਏ ਹੁੰਦੇ ਉਹਨਾਂ ਦੇ ਮੰਜੇ ਪੁੱਠੇ ਕਰਦੇ ਹੁੰਦੇ। ਹਾਂਜੀ ਹਾਂਜੀ, ਸੱਚ ਗਿਆ, ਬਹੁਤ ਲੋਕ ਖੁਸ਼ ਹੁੰਦੇ ਸੀ, ਕੋਈ ਗੁੱਸਾ ਨਹੀਂ ਸੀ ਕਰਦਾ ਹੁੰਦਾ। ਬਿਲਕੁਲ ਜੀ ਬਿਲਕੁਲ, ਨਾਲੇ ਬੋਲੀਆਂ ਦੇ ਬਾਲੀਆਂ ਉਹ ਪੈਂਦੀਆਂ ਸੀਗੇ, ਵੀ ਢੋਲ ਦੇ ਡਗੇ ਉੱਤੇ ਲੋਕ ਨੱਚਦੇ ਸੀਗੇ, ਅਤੇ ਅੱਜ ਕੱਲ੍ਹ ਤਾਂ ਬਸ ਆਹ ਸਪੀਕਰ ਲਾ ਲਓ ਅਤੇ ਬਸ ਆਪਣੇ ਜਸ਼ਨ ਮਨਾ ਲਓ, ਕਿਉਂ ਸਹੀ ਕਹਿੰਦੇ ਆ ਕਿ ਨਹੀਂ? ਹਾਂਜੀ ਹਾਂਜੀ, ਹੁਣ ਤਾਂ ਕੁਛ ਸੁਣਦਾ ਹੀ ਨਹੀਂ, ਘਰ 'ਚ ਡੀਜੇ ਲੱਗ ਜੇ ਦੂਜੇ ਕੋਈ ਗੱਲ ਹੀ ਨਹੀਂ ਕਰ ਸਕਦਾ ਬੰਦਾ। ਬਿਲਕੁਲ ਬਈ, ਸ਼ੋਰ ਸ਼ਰਾਬਾ ਹੁੰਦਾ। ਆਹੋ ਜੀ ਬਈ, ਰਿਸ਼ਤੇਦਾਰ ਜਦੋਂ ਆਉਂਦੇ ਸੀਗੇ ਪੂਰਾ ਪਤਾ ਲੱਗ ਜਾਂਦਾ ਸੀ, ਇਕੱਠ ਹੁੰਦਾ ਸੀਗਾ ਅਤੇ ਘਰ ਦੇ ਵਿੱਚ ਇੰਨਾ ਸਾਰਾ ਪਿਆਰ ਹੁੰਦਾ ਸੀਗਾ, ਨਿੱਘਾ ਆਪਣਾਪਣ ਹੁੰਦਾ ਸੀ, ਅਤੇ ਅੱਜ ਕੱਲ੍ਹ ਦੀ ਰਿਸ਼ਤੇਦਾਰੀਆਂ ਵੀ ਦੇਖ ਲਓ ਫਿਰ ਭਲਾ। ਉਹ ਵੀਹਾ ਬੋਲ ਦਾ ਮੇਲ ਆਉਂਦਾ ਹੁੰਦਾ, ਉਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਫਲਾਨਿਆਂ ਦੇ ਮੇਲ ਆਇਆ। ਆਹੋ ਜੀ ਆਹੋ, ਬਸ ਪੈਲਸ 'ਚ ਹੀ ਆਉਂਦੇ ਹੈ। ਹਾਂ ਬਿਲਕੁਲ ਜੀ ਬਿਲਕੁਲ, ਸਹੀ ਕਿਹਾ ਤੁਸੀਂ। ਚਲੋ ਕੋਈ ਚੱਕਰ ਨਹੀਂ ਆ, ਆਪਾਂ ਉਹ ਇਕੱਠ ਨੂੰ ਨਿੱਘਾ ਮਾਣ ਨੂੰ ਇੱਦਾਂ ਹੀ ਮਾਣੀ ਜਾਵਾਂਗੇ। ਫਿਲਹਾਲ ਮੈਂ ਤੁਹਾਨੂੰ ਬਹੁਤ ਸ਼ੁਕਰੀਆ ਕਹਿੰਦੀ ਹਾਂ ਜੀ, ਵੀ ਇੰਨੇ ਸੋਹਣੀ ਛੇਤੀ ਤੁਸੀਂ ਯਾਦ ਕਰਵਾ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਆਓ ਇੱਕ ਹੋਰ ਕਾਲਰ ਦੇ ਨਾਲ ਗੱਲਬਾਤ ਕਰਦੇ, ਦੇਖਦੇ ਹੋ ਉਹਨਾਂ ਦਾ ਕੀ ਕਹਿਣਾ ਇਸ ਬਾਰੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਜੀ ਕੌਣ ਅਤੇ ਕਿੱਥੋਂ ਬੋਲਦੇ ਪਏ ਹੋ? ਤਿਆਰ ਹੋ ਕੇ ਗਈ ਸੀ ਜਾਗੋ ਦੇ ਵਿੱਚ, ਸੋਹਣੇ ਨਾ ਲੱਗਾਂਗੇ ਤੇ ਫਿਰ ਭਲਾ ਕਿੱਦਾਂ ਪਤਾ ਲੱਗੂ ਗੁਲਾਬੋ ਵੀ ਆਈ ਆ? ਆਈ ਹੋਈ ਆ। ਅੱਛਾ ਸੁਖੀ ਜੀ, ਤੁਹਾਡਾ ਵਿਆਹ ਹੋ ਗਿਆ? ਤੁਹਾਡੀ ਜਦੋਂ ਮਹਿੰਦੀ ਲੱਗੀ ਹੋਣੀ ਆ, ਹਲਦੀ ਹੋਣੀ ਆ, ਤੇ ਤੁਹਾਨੂੰ ਇਹੋ ਜਿਹੀ ਕਿਹੜੀ ਗੱਲ ਸੀਗੀ ਜਿਹੜੀ ਅੱਜ ਕੱਲ ਚੇਤਾ ਪੂਰੀ ਪੂਰੀ ਆ? ਮਹਿੰਦੀਆਂ ਲੱਗੀਆਂ, ਸਹੇਲੀਆਂ ਨੇ ਬਹੁਤ ਕੁਛ ਕੀਤਾ, ਮੇਰੇ ਵਿਆਹ ਤੇ ਵੀ, ਕੁੜੀ ਦੇ ਵਿਆਹ ਤੇ ਵੀ ਜਾਗੋ ਕੱਢੀ ਸੀਗੀ, ਜਦੋਂ ਮੰਜੇ ਤੋੜੇ ਗੁਆਂਢੀਆਂ ਦੇ ਪਤਾ ਉਦੋਂ ਹੀ ਲੱਗਿਆ। ਅੱਛਾ, ਮਤਲਬ ਗੁਆਂਢੀਆਂ ਦਾ ਮੰਜੇ ਪੂਰੇ ਤੋੜਦੇ ਤਾਂ ਹੀ ਉਹ ਪਤਾ ਲੱਗਾ ਵੀ ਇੱਥੇ ਕੁੜੀ ਦਾ ਸਾਥ ਹੋ ਗਿਆ। ਹਾਂਜੀ, ਵੀ ਕੁੜੀ ਦੇ ਵਿਆਹ ਤੇ ਵੀ ਜਾਗੋ ਕੱਢੀ ਆ, ਬੜਾ ਮਜ਼ਾ ਸੀ, ਉਹ ਜਾਗੋ ਸੀ, ਹੁਣ ਤਾਂ ਮੈਂ ਤਮਾਸ਼ਾ ਹੀ ਰਹਿ ਗਿਆ। ਆਹੋ ਸਹੀ ਗੱਲ ਕਹੀ ਹੈ ਭੈਣੇ, ਤੁਸੀਂ ਤਾਂ ਬਿਲਕੁਲ ਸੱਤ ਵਚਨ ਕਹੀ ਹੈ ਗੱਲ। ਚਲੋ ਕੋਈ ਚੱਕਰ ਨਹੀਂ ਆ, ਅਤੇ ਬਈ ਤੁਹਾਨੂੰ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਬਈ ਦੇਖ ਲਓ, ਉਹ ਹੁੰਦਾ ਸੀਗਾ ਟਾਈਮ ਜਦੋਂ ਗੁਆਂਢੀਆਂ ਦੇ ਮੰਜੇ ਤੱਕ ਤੋੜ ਦਿੰਦੇ ਸੀ, ਅਤੇ ਉਹਨਾਂ ਨੂੰ ਭਲਾ ਪਤਾ ਵੀ ਨਹੀਂ ਸੀ ਲੱਗਦਾ, ਨਾਲ ਖੁਸ਼ੀਆਂ ਦਾ ਖੇੜਾ ਹੁੰਦਾ ਸੀ ਹਰ ਪਾਸੇ। ਅੱਜ ਕੱਲ੍ਹ ਤਾਂ ਬਸ 10 ਵਜੇ ਤੋਂ ਬਾਅਦ ਡੀਜੇ ਦੀ ਆਵਾਜ਼ ਦੇਖੀ ਜਾਵਣ, ਨਾਲੇ ਕਹਿੰਦੇ ਬੰਦ ਕਰ ਦਿਓ ਬੰਦ ਕਰ ਦਿਓ, ਸਾਡੇ ਨਿਆਣਿਆਂ ਦਾ ਪੇਪਰ ਹੈਗਾ, ਸੋਹਣਾ ਆ ਬਈ, ਖੁਸ਼ੀ ਦੇ ਨਾਲ ਖੁਸ਼ੀ ਦਾ ਇਕੱਠ ਪਾ ਹੀ ਨਹੀਂ ਪਾਉਂਦੇ। ਪਹਿਲਾਂ ਤਾਂ ਨਿੱਘਾ ਮਾਣ ਹੁੰਦਾ ਸੀਗਾ, ਉਹ ਗੁਆਂਢੀਆਂ ਨੇ ਵੀ ਘਰੋਂ ਇੱਧਰੋਂ ਦੀ ਜਾਗੋ ਉੱਧਰ ਜਾਣੀ, ਅਤੇ ਗੁਆਂਢੀਆਂ ਨੇ ਨਿੱਘਾ ਮਾਣ ਕਰਨਾ, ਨਿੱਘਾ ਸਵਾਗਤ ਕਰਨਾ, ਅਤੇ ਦਿਲ ਖੋਲ੍ਹ ਕੇ ਜੀਆਂ ਨੂੰ ਕਰਦੇ ਹੁੰਦੇ ਸੀਗੇ। ਭਲਾ ਅੱਜ ਕੱਲ੍ਹ ਕੀ ਹੈ, ਆ ਤੁਸੀਂ ਸਾਰੇ ਜਾਣਦੇ ਹੀ ਹੋ, ਤਾਂ ਹੀ ਤਾਂ ਫਿਰ ਮੈਂ ਤੁਹਾਨੂੰ ਕਹੀ ਜਾਂਦੀ ਹਾਂ ਵੀ ਦੱਸੋ ਬਈ ਹੋਰ ਕਿਹੜੀ ਕਿਹੜੀ ਚੀਜ਼ਾਂ ਸੀਗੀਆਂ। ਬਈ ਭਲਾ ਜਾਗੋ ਦੀ ਗੱਲਬਾਤ ਤਾਂ ਹੋ ਗਈ, ਇੰਨੇ ਸਾਰੇ ਰਿਵਾਜ਼ ਹੁੰਦੇ ਸੀ, ਕੁੜੀ ਦੇ ਵਿਆਹ ਉੱਤੇ ਇੰਨੇ ਸੋਹਣੇ ਸੋਹਣੇ ਸੁਹਾਗ ਗਾਉਂਦੇ ਸੀਗੇ, ਅਤੇ ਮੁੰਡੇ ਦਾ ਵਿਆਹ ਹੋਣਾ ਘੋੜੀਆਂ ਗਾਣੀਆਂ, ਬਈ ਆਹ ਰਿਸ਼ਤੇਦਾਰ ਜਦੋਂ ਆਉਣੇ, ਆ ਮਾਸੀਆਂ ਦੇ ਚਾਚੀਆਂ ਦੇ ਇੰਨੇ ਸੋਹਣੇ ਸੋਹਣੇ ਜਵਾਕ ਜਿਹੜੇ ਸੀਗੇ, ਭਲਾ ਉਹ ਬੋਲੀਆਂ ਦੇ ਬੋਲੀਆਂ ਗਾ ਗਾ ਕੇ ਟੱਪੇ ਪਾ ਪਾ ਕੇ ਨਜ਼ਾਰੇ ਪਾ ਹੀ ਛੱਡਦੇ ਸੀ। ਮੈਂ ਕਿਹਾ ਨਜ਼ਾਰਿਆਂ ਦੀ ਢੇਰੀ ਲਾ ਦਿੰਦੇ ਸੀ। ਚਲੋ ਇੱਕ ਹੋਰ ਨਜ਼ਾਰੇ ਦੀ ਢੇਰੀ ਲਾਉਂਦੇ ਆਪਣੇ ਕਾਲਰ ਨਾਲ ਗੱਲਬਾਤ ਕਰਕੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭ ਨਾਮ ਹੈ ਜੀ ਤੁਹਾਡਾ?
ਮੇਰਾ ਨਾਮ ਹਰਭਜਨ ਸਿੰਘ ਹੈ ਜੀ, ਮੈਂ ਸ਼ਿਕਾਗੋ ਤੋਂ ਬੋਲ ਰਿਹਾ। ਹਰਭਜਨ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਅੱਛਾ ਮੈਨੂੰ ਆਹ ਦੱਸੋ ਜੀ, ਮੈਂ ਗੱਲਬਾਤ ਕਰਦੀ ਵੀ ਸੀਗੀ ਵੀ ਅੱਜ ਕੱਲ੍ਹ ਦੇ ਆਹ ਹੋ ਗਿਆ ਆ ਕਿ ਨਿਆਣੇ ਨੂੰ ਰਿਸ਼ਤੇਦਾਰੀਆਂ ਤੱਕ ਦਾ ਨਹੀਂ ਪਤਾ, ਇੰਨੇ ਸਾਦਗੀ ਭਰੇ ਰਿਵਾਜ ਹੁੰਦੇ ਸੀਗੇ। ਭਲਾ ਤੁਹਾਨੂੰ ਉਹਨਾਂ ਰਿਵਾਜ਼ਾਂ ਦਾ ਚੇਤਾ ਹੈਗਾ ਕਿ ਨਹੀਂ ਹੈਗਾ? ਨਹੀਂ, ਉਹ ਰਿਵਾਜ਼ ਤਾਂ ਹੁਣ ਅੱਜ ਕੱਲ੍ਹ ਹੋ ਗਏ ਪੁਰਾਣੇ, ਹੁਣ ਸਾਡੇ ਰਿਵਾਜ਼ਾਂ ਵੇਲੇ ਤੇ ਮਤਲਬ ਇੰਨਾ ਨਹੀਂ ਸੀਗਾ। ਸਿਰਫ ਇੰਨਾ ਹੁੰਦਾ ਸੀ ਕਿ ਉਹ ਜਿੱਦਣ ਬਰਾਤ ਚੜ੍ਹਨੀ ਹੁੰਦੀ ਸੀ ਉਦਣ ਮੁੰਡਾ ਘਰੋਂ ਰੁਸ ਰੁਠਾ ਕੇ ਭੇਜ ਦਿੰਦੇ ਸੀ ਵੀ ਯਾਰ ਰੁਸ ਕੇ ਚਲਾ ਗਿਆ, ਫਿਰ ਉਹਨੂੰ ਮਨਾਉਣ ਜਾਂਦੇ ਹੁੰਦੇ ਸੀਗੇ। ਅੱਛਾ, ਹਾਂਜੀ, ਕਿਹਦੇ ਘਰ ਜਾ ਕੇ ਬੈਠ ਜਾਣਾ ਹੈ, ਫਿਰ ਉੱਥੇ 10-15-20 ਬੰਦੇ 30 ਜਿੰਨੇ ਵੀ ਹੁੰਦੇ ਸੀ ਇਕੱਠੇ ਹੋ ਕੇ ਫਿਰ ਮਨਾਉਣ ਜਾਂਦੇ ਸੀ। ਕੋਈ ਕਹਿੰਦਾ ਸੀ ਕਾਰ ਲੈ ਜਾਂਗੇ, ਕੋਈ ਕਹਿੰਦਾ ਘੜੀ ਲੈ ਜਾਂਗੇ, ਕੋਈ ਕਹਿੰਦਾ ਚੱਲ ਵੋਟੀ ਲੈ ਜਾਂਗਾ, ਮੈਂ ਕਿਹਾ ਵੋਟੀ ਮਿਲਣੀ ਮਿਲਣੀ ਹੈ, ਕੋਈ ਕੀ ਕਹਿੰਦਾ ਟਰੱਕ ਲਿਆ, ਇੱਦਾਂ ਦੀਆਂ ਗੱਲਾਂ ਮਾਰਦੇ ਹੁੰਦੇ ਸੀ। ਫਿਰ ਮਜ਼ਾਕ ਵਿੱਚ ਕੋਈ ਕਹਿੰਦੇ ਚੱਲ ਜਾ ਤੇ ਕੁਛ ਨੀ, ਇਹਨਾਂ ਦੇ ਖੋਤੀ ਤੇ ਚੜਾ ਕੇ ਲੈ ਜਾਵਾਂਗੇ। ਅੱਛਾ, ਮਤਲਬ ਤੁਹਾਡੇ ਵਿਆਹ ਦੇ ਉੱਤੇ ਤੁਹਾਡੇ ਨਾਲ ਕੀ ਮਜ਼ਾਕ ਕੀਤਾ ਗਿਆ ਸੀ ਭਲਾ? ਮੇਰੇ ਵਿਆਹ ਵਿੱਚ ਮੈਂ ਹੀ ਰੁਸ ਕੇ ਜਦੋਂ ਗਿਆ ਤਾਂ ਮੇਰੇ ਇੱਕ ਮਾਮਾ ਜੀ ਦਾ, ਮੇਰੇ ਸਕੇ ਮਾਮਾ ਜੀ ਦਾ ਬੇਟਾ ਸੀਗਾ, ਉਹ ਆ ਗਿਆ, ਕਹਿੰਦਾ ਯਾਰ ਚੱਲ ਪੈ ਹੁਣ, ਚੱਲ ਕੋਈ ਗੱਲ ਨੀ ਤੈਨੂੰ, ਮੈਨੂੰ ਉਹ ਕਹਿੰਦਾ ਤੈਨੂੰ ਚੱਲ ਕਾਣੀ ਘੋੜੀ ਲੈ ਕੇ ਜਾਵਾਂਗੇ, ਕਹਿੰਦਾ ਕਾਣੀ ਘੋੜੀ ਖੋਤੀ ਤੇ ਬੈਠ ਕੇ ਜਾਏਗਾ। ਅੱਛਾ ਜੀ, ਕਿਆ ਬਾਤ ਹੈ ਜੀ। ਜਦੋਂ ਦੀ ਬਾਜੀ ਫਿਰ ਉਹ ਸਾਰੇ ਮਨਾ ਮੁਣ ਜਾਂਦੇ ਸੀ, ਜਾਂ ਫਿਰ ਜਦੋਂ ਵਿਆਹ ਹੋ ਜਾਂਦਾ ਸੀ ਫਿਰ ਉਹ ਸਾਲੀਆਂ ਸੂਲੀਆਂ ਹੋਰ ਰਲ ਮਿਲ ਕੇ ਆ ਜਾਂਦੀਆਂ ਸੀ, ਚੱਲ ਕੇ ਬਾਈ ਉਹ ਛੰਦ ਸੁਣਾਓ। ਫਿਰ ਉਹ ਛੰਦ ਸੁਣਦੇ ਆਉਂਦੇ ਸੀ, ਕਈ ਵਾਰੀ ਕਹਿ ਦਿੰਦੇ ਸੀ ਪਹਿਲੇ 5 ਪੌੜੀਆਂ ਸੁਣਾ ਦੇ। ਅੱਛਾ, 5 ਪੌੜੀਆਂ ਪਾਠ ਸੁਣ ਲਿਆ, ਫਿਰ ਉਹਨੇ ਕਹਿਣਾ ਛੰਦ ਸੁਣਾ ਦੇ, ਇੱਕ 2 ਛੰਦ ਸੁਣਾਉਣੇ, ਫਿਰ ਉਹਨਾਂ ਕਈ ਜਾਣਾ ਇਹ ਕਰੋ ਕਰੋ। ਤੋ ਮੇਰੇ ਨੂੰ ਕਹਿਣ ਲੱਗੇ ਛੰਦ ਸੁਣਾ ਦੇ, ਤੇ ਮੈਂ ਤਾਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਕਿਹਾ ਛੰਦ ਪਰ ਅੱਗੇ ਆਈਏ ਜੇ ਗੱਤੇ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਇੰਨਾ ਸੋਹਣਾ ਤੁਸੀਂ ਸਾਨੂੰ ਦੱਸਿਆ ਆ ਭਲਾ ਜਿਹੜਾ ਹੁੰਦੇ ਸੀਗੇ ਵੀ ਲਾੜੇ ਨਾਲ ਜਿੱਦਾਂ ਮਜ਼ਾਕ ਹੁੰਦੇ ਸੀਗੇ ਵੀ, ਬਹੁਤ ਨਜ਼ਾਰਾ ਆ ਗਿਆ ਸੁਣ ਕੇ, ਬਹੁਤ ਦਿਲ ਨੂੰ ਚੈਨ ਮਿਲਿਆ ਕਿ ਇਹੋ ਜਿਹੇ ਰਿਵਾਜ਼ ਹੁੰਦੇ ਸੀਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਇਹੋ ਜਿਹੀ ਯਾਦਾਂ ਤਾਜ਼ੀਆਂ ਕਰਨ ਦੇ ਲਈ। ਫਿਲਹਾਲ ਅਸੀਂ ਖੋਲ ਕੋਲਰ ਤੋਂ ਜਾਣਦੇ ਹਾਂ, ਉਹਨਾਂ ਦਾ ਕੀ ਕਹਿਣਾ ਇਸ ਬਾਰੇ? ਚਲੋ ਇੱਦਾਂ ਆ ਬਈ, ਇਹੋ ਜਿਹੇ ਮਜ਼ਾਕ ਸੁਣ ਕੇ, ਇਹੋ ਜਿਹੇ ਗੱਲਾਂ ਪਤਾ ਸੁਣ ਕੇ ਤਾਂ ਮੈਨੂੰ ਤਾਂ ਬਹੁਤ ਹੀ ਚਾਅ ਚੜ੍ਹ ਗਿਆ, ਬਹੁਤ ਹੀ ਖੁਸ਼ੀ ਹੋ ਗਿਆ। ਫਿਲਹਾਲ ਮੈਂ ਤਾਂ ਕਰਦੀ ਹਾਂ ਜੀ ਇੱਕ ਨਿੱਕਾ ਜਿਹਾ ਬ੍ਰੇਕ ਲੈਂਦੀ ਹਾਂ ਅਤੇ ਗੱਲਾਂ ਜਿਹੜੀਆਂ ਇੱਦਾਂ ਹੀ ਜਾਰੀ ਰੱਖਦੇ ਹਾਂ ਆਪਾਂ। ਮੈਂ ਕਿਹਾ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਸਵਾਗਤ ਹੈ ਅਤੇ ਜੀ ਆਇਆਂ ਨੂੰ ਕਹਿੰਦੀ ਹੋਈ ਤੁਹਾਡੀ ਗੁਲਾਬੋ, ਗੱਲਾਂ ਬਾਤਾਂ ਕਰਦੇ ਪਏ ਸੀ ਜੀ ਵੀ ਆਪਾਂ ਅੱਜ ਕੱਲ੍ਹ ਦੇ ਰਿਵਾਜ਼ਾਂ ਦੀਆਂ ਅਤੇ ਉਹ ਸਾਡੇ ਰਿਵਾਜ਼ਾਂ ਦੀਆਂ ਬਈ, ਇੰਨੇ ਸੋਹਣੇ ਰਿਵਾਜ਼ ਹੁੰਦੇ ਸੀ ਭਲਾ, ਸਾਡੇ ਕਾਲਰਸ ਤੋਂ ਪਤਾ ਲੱਗਾ ਕਿੱਥੇ ਛੱਜ ਕਿੱਥੇ ਛੰਦ ਇੰਨਾ ਕੁਝ ਹੁੰਦਾ ਸੀਗਾ, ਭਲਾ ਹੋਰ ਜਾਣਦੇ ਆ ਸਾਡੀ ਕਾਲਰਸ ਦਾ ਹੋਰ ਕੀ ਕਹਿਣਾ ਇਸ ਬਾਰੇ? ਹੈਲੋ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਸ਼ੁਭ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਮੈਂ ਮੈਰੀਲੈਂਡ ਸ਼ਹਿਰ ਤੋਂ USA, ਗਿੱਲ ਆਂਟੀ। ਗਿੱਲ ਆਂਟੀ ਜੀ, ਕਿਵੇਂ ਹਾਲ ਚਾਲ ਹੈ ਤੁਹਾਡੇ? ਵਧੀਆ, ਤੈਨੂੰ ਵੇਖ ਕੇ ਖੁਸ਼ ਹੋ ਰਹੇ ਹਾਂ। ਮੈਂ ਕਿਹਾ ਜੀ ਮੈਂ ਤੁਹਾਡੀ ਆਵਾਜ਼ ਸੁਣ ਕੇ ਬੜੀ ਖੁਸ਼ ਹੋ ਗਈ ਹਾਂ। ਅੱਛਾ ਗਿੱਲ ਆਂਟੀ ਜੀ, ਮੈਨੂੰ ਦੱਸੋ ਭਲਾ ਜਿਹੜੇ ਇੰਨੇ ਸੋਹਣੇ ਸੋਹਣੇ ਰਿਵਾਜ਼ ਹੁੰਦੇ ਸੀਗੇ, ਉਹ ਤੁਹਾਨੂੰ ਰਿਵਾਜ਼ਾਂ ਦੀ ਗੱਲਾਂ ਚੇਤੇ ਹੈਗੀਆਂ ਵੀ ਇੰਨੇ ਸਾਦਗੀ ਭਰੇ ਹੁੰਦੇ ਸੀਗੇ? ਉਹੀ ਤਾਂ ਵਿਆਹ ਸਨ ਤੇ। ਮੈਂ ਕਿਹਾ ਜੀ ਫਿਰ ਅੱਜ ਸੁਣਾ ਦਿਓ ਬੇਟਾ। ਵਿਆਹ ਸੀ ਬੜੇ ਚੰਗੇ, ਸਗਨ ਸਰਬੱਤ, ਮਹਿੰਦੀਆਂ ਮੁੰਦੀਆਂ, ਅੱਜ ਕੱਲ੍ਹ ਤਾਂ ਬਿਊਟੀ ਪਾਰਲਰ ਆ ਗਈਆਂ, ਮਹਿੰਦੀ ਲਾਉਣ ਵਾਲੀਆਂ ਲਾ ਗਈਆਂ, ਤੇ ਗੁਰਦੁਆਰੇ ਫੇਰੇ ਲੈ ਕੇ ਆਈ ਤੇ ਹਾਲ ਚ ਰੋਟੀ ਖਾ ਕੇ ਲੋਕੀ ਘਰੋਂ ਕਰੀ। ਮੈਂ ਕਿਹਾ ਜੀ ਆਂਟੀ ਪਹਿਲਾਂ ਕੀ ਹੁੰਦਾ ਸੀਗਾ, ਹਲਵਾਈ ਘਰੇ ਬਾਲੇ ਨੇ 10-10 ਦਿਨ ਪਹਿਲਾਂ, ਇੰਨੀ ਸਾਰੀਆਂ ਮਠਿਆਈਆਂ ਤਿਆਰ ਹੁੰਦੀਆਂ ਸੀ, ਹੁਣ ਸਿੱਧਾ ਹੀ ਡੱਬੇ ਆ ਜੀ, ਆਹ ਕਾਰਡ ਹੈਗਾ ਤੇ ਬਈ ਸਿੱਧਾ ਉੱਥੇ ਪੈਲਸ ਪਹੁੰਚ ਜਾਇਓ, ਪਹਿਲਾਂ ਤਾਂ ਰਿਸ਼ਤੇਦਾਰ ਘਰਾਂ ਚ ਆਉਂਦੇ ਸੀ। ਸਹੀ ਗੱਲ, ਆਹੋ ਸਹੀ ਗੱਲ, ਬਿਲਕੁਲ ਜੀ ਬਿਲਕੁਲ। ਅੱਜ ਕੱਲ ਉੱਥੇ ਵੇਖੀ ਭਾਜੀਆਂ ਮੰਡਣੀਆਂ, ਫਿਰ ਪਿੰਡ ਵਿੱਚ ਜਾਣੇ, ਫਿਰ ਵਿਆਹ ਤੋਂ ਪਹਿਲਾਂ ਇੱਕ ਪਿੰਡ ਵਿੱਚ ਦੇਣਾ ਫਿਰ ਸਗਨ ਸਰਬੱਤ ਦੇ ਕੋਈ ਚੀਜ਼ਾਂ ਬਣਾ ਕੇ ਮਿੱਠੀਆਂ, ਫਿਰ ਬਾਅਦ ਚ ਭਾਜੀਆਂ, ਵਿਆਹ ਕੀਤਾ ਤੇ ਅੱਜ ਉੱਥੇ ਡੱਬੇ ਲਈ ਖੜੇ ਨੇ ਹਾਲ ਦੇ ਸਾਹਮਣੇ, ਇੱਕ ਡੱਬਾ ਫੜਾਈਆਂ ਨੇ 5-5 ਲੱਡੂਆਂ ਦਾ। ਸੱਚੀ ਗੱਲ ਆ, ਵਿਆਹ ਹੋ ਗਿਆ ਬਿਲਕੁਲ, ਗੁਰਦੁਆਰੇ ਫੇਰੇ ਹੋ ਗਏ ਤੇ ਹਾਲ ਚ ਰੋਟੀ ਖਵਾ ਕੇ ਬਰਾਤ ਘਰੋਂ ਕਰੀ, ਕੁੜੀ ਤੋਰੀ ਤੇ ਆਪ ਘਰ ਨੂੰ ਆ ਗਏ। ਬਿਲਕੁਲ ਬਿਲਕੁਲ, ਪਹਿਲਾਂ ਕੀ ਹੁੰਦਾ ਸੀ ਖੁੱਲਾ ਸੱਦਾ ਹੁੰਦਾ ਸੀ, ਕਿੰਨੇ ਚੰਗੇ ਸੀ ਵੇਖਿਆ, ਕਿੰਨੇ ਸਗਨ ਸਰਬੱਤ ਪੁਰਾਤਨ ਜਿਹੜੇ ਸੀ ਨਾ ਬੇਟੇ, ਉਹਦਾ ਸੁੱਖ ਵੀ ਮਿਲਦੇ ਸੀ, ਉਹਦਾ ਕੋਈ ਪ੍ਰੋਬਲਮ ਨਹੀਂ ਆਉਂਦੀਆਂ ਸੀ। ਪੁਰਾਣੇ ਵਿਆਹ ਜਿਹੜੇ ਸੀ ਨਾ ਸਗਨਾਂ ਸਰਬੱਤਾਂ ਬੜੇ ਅੱਛੇ ਤਰ੍ਹਾਂ ਕਰੀਦੇ ਸੀ, ਅੱਜ ਤਾਂ ਕੋਈ ਸਗਨ ਨੀ ਸਰਬੱਤ ਨੀ ਕੁਛ ਨਹੀਂ, ਜੰਝਾਂ ਆਉਣੀਆਂ, ਕੁੜੀਆਂ ਨੇ ਸਿੱਠਣੀਆਂ ਦੇਣੀਆਂ ਤੇ ਏਡੇ ਮਜ਼ੇ ਆਉਣੇ, ਤੇ ਸੱਚੀ ਬਹੁਤ ਕਰਦੇ, ਤੇ ਅੱਜ ਉਹ ਗੱਲਾਂ ਹੀ ਨੀ ਰਹੀਆਂ। ਬਿਲਕੁਲ ਬਿਲਕੁਲ, ਸੱਚੀ ਗੱਲ ਕਹੀ ਆ ਤੁਸੀਂ, ਉਹ ਵਕਤ ਨੀ ਮੜ ਕੇ ਆਉਂਦਾ, ਅੱਜ ਕੱਲ ਤਾਂ ਬੱਚਿਆਂ ਨੂੰ ਕੁਛ ਪਤਾ ਹੀ ਨੀ ਹੈਗਾ ਤੇ।
ਆਹੋ ਜੀ ਆਹੋ ਤਾਂ ਆਈਓ ਤਾਂ ਮੈਂ ਕਹੀਏ ਨਹੀਂ ਕਿ ਅੱਜ ਫਿਰ ਆਪਾਂ ਉਹੀ ਗੱਲਾਂ ਬਾਤਾਂ ਕਰਾਂਗੇ ਤਾਂ ਕਿ ਜਿਹੜੇ ਸਾਡੇ ਦਰਸ਼ਕ ਟੀਵੀ ਦੇ ਵਿੱਚ ਦੇਖ ਰਹੇ ਨਿਆਣਿਆਂ ਨੂੰ ਵੀ ਸਪੈਸ਼ਲੀ ਪਤਾ ਲੱਗੇ ਵੀ ਇਹੋ ਜਿਹੇ ਰਿਵਾਜ਼ ਹੁੰਦੇ ਆ ਵੀ ਸਾਦਗੀਆਂ ਦੇ ਨਾਲ ਸੋਹਣੇ ਢੰਗ ਦੇ ਨਾਲ ਜਿਹੜੇ ਹੈਗੇ ਇੰਨੇ ਸੋਹਣੇ ਸਾਫ ਹੁੰਦੇ ਆ ਨਿਆਣਿਆਂ ਨੂੰ ਬੇਟੇ ਉਹਨਾਂ ਨੂੰ ਪਤਾ ਜਿਹਨਾਂ ਦੀ ਨਾਨੀਆਂ ਦਾਦੀਆਂ ਇੱਥੇ ਰਹਿੰਦੀਆਂ ਨੇ ਨਿਆਣਿਆਂ ਨੂੰ ਪਤਾ ਹੀ ਕੋਈ ਨਹੀਂ ਪੰਜਾਬੀ ਨਾ ਬੋਲਣ ਨਾ ਕੁਛ ਹਾਂਜੀ ਬਿਲਕੁਲ ਜੀ ਬਿਲਕੁਲ ਬਈ ਗਿੱਲ ਆਂਟੀ ਤੁਹਾਨੂੰ ਪਤਾ ਆ ਪਹਿਲਾਂ ਕੀ ਹੁੰਦਾ ਸੀਗਾ ਵਿਆਹ ਹੋਣੇ ਤਾਂ ਸਿੱਧਾ ਹੀ ਸਿੱਧਾ ਰਿਸ਼ਤੇਦਾਰਾਂ ਨੇ ਕਹਿਣਾ ਵੀ 10 ਦਿਨ ਪਹਿਲਾਂ ਹੀ ਤੁਸੀਂ ਸਾਡੇ ਘਰੇ ਪਹੁੰਚ ਜਾਣਾ ਅੱਜ ਕੱਲ੍ਹ ਦੇ ਰਿਸ਼ਤੇਦਾਰ ਕੀ ਹੈ ਬਈ ਬਸ ਬੜਾ ਔਖਾ ਸੌਖਾ ਟਾਈਮ ਕੱਢ ਕੇ ਕਹਿੰਦੇ ਆ ਫੋਨ 'ਤੇ ਕਹਿ ਦਿੰਦੇ ਬਈ ਡੱਬਾ ਇੱਥੋਂ ਹੀ ਲੈ ਜਾਇਓ ਜਾਂ ਸਿੱਧਾ ਪੈਲਸ ਦੇ ਵਿੱਚ ਆ ਜਾਇਓ ਬਸ ਪਰਿਵਾਰ ਸਿੱਧਾ ਪਹੁੰਚ ਜਾਇਓ ਆਹ ਸਾਡੇ ਵੱਲੋਂ ਸਿੱਧਾ ਆ ਗਿਆ ਜੇ ਸਹੀ ਗੱਲ ਹੈ ਨਾ ਆਹੋ ਜੀ ਅੱਛਾ ਤੁਹਾਡੇ ਵਿਆਹ ਦੇ ਵਿੱਚ ਕੋਈ ਇਹੋ ਜਿਹਾ ਰਿਵਾਜ਼ ਸੀਗਾ ਜਿਹੜਾ ਤੁਹਾਨੂੰ ਅੱਜ ਕੱਲ੍ਹ ਪੂਰਾ ਚੇਤਾ ਆ ਔਰ ਬੜੀ ਯਾਦਾਂ ਆ ਜਾਂਦੀ ਆ ਸਾਡੇ ਵਿਆਹਾਂ ਵੇਲੇ ਤਾਂ ਬੜੇ ਰਿਵਾਜ਼ ਤੇ ਬੜੀਆਂ ਚੰਗੀਆਂ ਗੱਲਾਂ ਅੱਛਾ ਅੱਜ ਤਾਂ ਕੁਛ ਨਹੀਂ ਜੀ ਇੱਕ ਮਿੱਠੀ ਜੀ ਨਵਾਂ ਪ੍ਰੋਫੈਸ਼ਨਲ ਵਿਆਹ ਨੇ ਆਹੋ ਰਿਸ਼ਤੇਦਾਰ ਹੋ ਗਏ ਇੰਨੇ ਸਾਰੇ ਹੋ ਗਏ ਵਿਆਹ ਹੋ ਗਿਆ ਉਹ ਸਾਦਗੀ ਭਰੇ ਸ਼ਗਨਾਂ ਦੇ ਨਾਲ ਮਨਾਈਏ ਤਾਂ ਹੀ ਉਹ ਤਾਂ ਖੁਸ਼ੀ ਮਿਲਦੀ ਹੈ ਫਿਲਹਾਲ ਅਸੀਂ ਇੱਕ ਹੋਏ ਕੋਲੇ ਤੋਂ ਜਾਣਦੇ ਵੀ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਹੈਲੋ ਹੈਲੋ ਸੁੱਖੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਮਾਲਕੋ ਕੀ ਹਾਲ ਚਾਲ ਹੈ ਬੇਟਾ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੈ ਜੀ ਠੀਕ ਠਾਕ ਨਹੀਂ ਵਧੀਆ ਵਧੀਆ ਸੁਣਾਓ ਵੀ ਵਧੀਆ ਵਧੀਆ ਇੱਦਾਂ ਹੈਗਾ ਭਲੀ ਇੰਨੇ ਜਾਗੋ ਹੁਣ ਨਿਕਲੀ ਹੈਗੀ ਆ ਅਤੇ ਮੈਂ ਸੋਚੀ ਜਾਂਦੀ ਹਾਂ ਵੀ ਇਹੋ ਜਿਹੇ ਕਿਹੜੇ ਰਿਵਾਜ਼ ਆ ਅੱਜ ਕੱਲ੍ਹ ਇੰਨੇ ਮਿਸ ਕਰਨ ਨੂੰ ਮਿਲਦੇ ਪਏ ਸਾਡੇ ਨਿਆਣਿਆਂ ਨੂੰ ਤਾਂ ਪਤਾ ਹੀ ਨਹੀਂ ਆ ਪਰ ਤੁਸੀਂ ਵੀ ਦੱਸੋ ਵੀ ਇਹੋ ਜਿਹਾ ਕੋਈ ਰਿਵਾਜ਼ ਜਿਹੜੇ ਅੱਜ ਤੱਕ ਹੁਣ ਅਸੀਂ ਸੁਣਿਆ ਨਹੀਂ ਹੋਣਾ ਜਾਂ ਫਿਰ ਇਹੋ ਜਿਹੀ ਕੋਈ ਗੱਲਬਾਤ ਤੁਹਾਡੇ ਵਿਆਹ ਵਾਲੀ ਜਿਹੜੀ ਤੁਹਾਨੂੰ ਵੀ ਚੇਤਾ ਯਾਰ ਤੁਸੀਂ ਸਾਨੂੰ ਹੀ ਸੁਣਾਉਣਾ ਚਾਹੋ ਨਵੇਂ ਨਵੇਂ ਰਿਵਾਜ਼ ਤਾਂ ਸੁੱਖੀ ਨੇ ਬਹੁਤ ਆ ਗਏ ਆ ਵਧੀਆ ਵਧੀਆ ਰਿਵਾਜ਼ ਆ ਗਿਆ ਨਵੇਂ ਨਵੇਂ ਮਸ਼ੀਨਾਂ ਆ ਗਈਆਂ ਧੀਆਂ ਨੂੰ ਕੁੱਖਾਂ 'ਚ ਮਾਰ ਦਿੰਦੇ ਆ ਹਾਂਜੀ ਤੇ ਆਪਾਂ ਰਿਵਾਜ਼ ਹੋਰ ਨਵੇਂ ਕਿਉਂ ਨੇ ਬਿਲਕੁਲ ਅੱਛਾ ਨਵੇਂ ਰਿਵਾਜ਼ਾਂ ਦੀ ਤਾਂ ਗੱਲ ਹੋ ਗਈ ਨਵੇਂ ਰਿਵਾਜ਼ਾਂ ਤੋਂ ਸਾਰੇ ਅੱਜ ਕੱਲ੍ਹ ਜਾਣੂ ਹੈ ਕੋਈ ਇਹੋ ਜਿਹੇ ਉਸ ਸਮੇਂ ਦਾ ਰਿਵਾਜ਼ ਜਿਹੜਾ ਤੁਹਾਨੂੰ ਭਲਾ ਚੇਤਾ ਹੈਗਾ ਤੇ ਸਾਨੂੰ ਵੀ ਚੇਤਾ ਕਰਵਾ ਸਕੋ ਤੁਸੀਂ ਪੁਰਾਣਾ ਰਿਵਾਜ਼ ਜਿਹੜਾ ਹੁੰਦਾ ਸੀ ਹਾਂਜੀ ਹਾਂਜੀ ਬਿਲਕੁਲ ਉਹੀ ਓ ਰਿਵਾਜ਼ ਬਹੁਤ ਨੇ ਉਦੋਂ 7-7-8-8 ਦਿਨ ਜਨੇਤਾ ਰਹਿੰਦੀਆਂ ਹੁੰਦੀਆਂ ਸੀ ਅੱਛਾ ਤੇ ਉਹ ਕੁੜੀਆਂ ਦੇ ਅੱਜ ਕੱਲ੍ਹ ਬਿਊਟੀ ਪਾਰਲਰ ਸੀ ਜਿੱਦਾਂ ਨੈਣਾਂ ਗੁੰਦਦੀਆਂ ਹੁੰਦੀਆਂ ਸੀ ਕੁੜੀਆਂ ਨੂੰ ਤੇ ਫਿਰ 7-8 ਦਿਨ ਉੱਥੇ ਜਨੇਤ ਰਹਿਣੀ ਉਹਨਾਂ ਦੇ ਸੇਵਾ ਕਰਨੀ ਜਨੇਤ ਦੀ ਫੇਰ ਤੋਰਦੇ ਹੁੰਦੇ ਸੀ ਬਿਲਕੁਲ ਬਿਲਕੁਲ ਅੱਜ ਕੱਲ੍ਹ ਦੇ ਜਿਹੜੇ ਨਿੱਕੇ ਨਿੱਕੇ ਜਵਾਕ ਹੈ ਭਲਾ ਉਹ ਵੀ ਕਹਿੰਦੇ ਹੈ ਬਈ ਮੰਮੀ ਮੈਂ ਤਾਂ ਬਾਅਦ 'ਚ ਤਿਆਰ ਹੋਵਾਂਗੀ ਪਹਿਲਾਂ ਮੈਨੂੰ ਬਿਊਟੀ ਪਾਰਲਰ ਲੈ ਜਾ ਮੈਂ ਉਹਨੂੰ ਪੁੱਛਾਂ ਕਿ ਮੇਰੇ 'ਤੇ ਕਿਹੜਾ ਮੇਕਅਪ ਸੂਟ ਕਰਨਾ ਮੈਂ ਤਾਂ ਉਹੀ ਓ ਕਰਾਉਣਾ ਭਲਾ ਸੱਚ ਹੈ ਕਿ ਨਹੀਂ ਪਹਿਲਾਂ ਤਾਂ ਉਹੀ ਹੋਣਾ ਜੀ ਆਹੋ ਜੀ ਆਹੋ ਚਲੋ ਕੋਈ ਚੱਕਰ ਨਹੀਂ ਧੀ ਤੋਰਨ ਲੱਗੀ ਨੂੰ ਨਾ ਇੱਕ ਸਿੱਖਿਆ ਦਿੰਦੇ ਨੇ ਮੈਂ ਤੈਨੂੰ ਦੋ ਗੱਲਾਂ ਸੁਣਾਉਣਾ ਮੈਂ ਕਿਹਾ ਜੀ ਜ਼ਰੂਰ ਹਾਜ਼ਰ ਕਰੋ ਭੈਣੇ ਨੀ ਪਿਆਰੀਏ ਯਾਦ ਰੱਖੀ ਸਿੱਖਿਆ ਤੂੰ ਸਹੁਰੀ ਇੱਜ਼ਤ ਕਰਨੀ ਦਿਓਰਾਂ ਤੇ ਨਣਦਾਂ ਜੇਠਾਂ ਦੀ ਤੜਕੇ ਉੱਠ ਕੇ ਪੈਰੀ ਹੱਥ ਲਾਉਣਾ ਸਹੁਰੇ ਮਾਂ ਪਿਓ ਦੇ ਸਹੁਰੀ ਜਾ ਕੇ ਪੇਕਿਆਂ ਦੀ ਇੱਜ਼ਤ ਨਾ ਖਿਲਾਰੀਏ ਭੈਣੇ ਨੀ ਪਿਆਰੀਏ ਕੰਮ ਵੱਲੋਂ ਚਿੱਤ ਨੂੰ ਚੁਰਾਈ ਨਾ ਕਰ ਗੱਲ ਮਾੜੀ ਘਰ 'ਚ ਲੜਾਈ ਪਾਈ ਨਾ ਜੇ ਕੋਈ ਬੋਲੇ ਉੱਚਾ ਨੀ ਮੈਂ ਉਸ ਨੂੰ ਵੀ ਸਹਾਰੀਏ ਭੈਣੇ ਨੀ ਪਿਆਰੀਏ ਆਏ ਗਏ ਦਾ ਵੀ ਕਰਨਾ ਇੱਜ਼ਤ ਮਾਣ ਹੈ ਪੂਰਾ ਕੋਈ ਵੀ ਨਿਰਾਸ਼ ਹੋ ਕੇ ਘਰ ਤੋਂ ਜਾਵੇ ਨਾ ਸਾਰੇ ਕਹਿੰਦੇ ਤੈਨੂੰ ਧੀਏ ਨੀ ਪਿਆਰੀਏ ਰਿਸ਼ਤੇਦਾਰੀ ਵਿੱਚ ਜਾ ਕੇ ਵੀ ਇੱਜ਼ਤ ਵਧਾਉਣੀ ਆਪਣੇ ਸਹੁਰਿਆਂ ਦੀ ਕਿਸੇ ਦੀ ਵੀ ਗੱਲ ਨਾ ਨਕਾਰੀਏ ਭੈਣ ਨੀ ਪਿਆਰੀਏ ਸੁੱਖੀ ਬੇਟੀ ਨੀ ਪਿਆਰੀਏ ਬਹੁਤ ਹੀ ਪਿਆਰਾ ਜੀ ਬਹੁਤ ਹੀ ਪਿਆਰਾ ਬਿਲਕੁਲ ਤੁਸੀਂ ਸੱਚ ਕਿਹਾ ਹੈਗਾ ਜੀ ਬਈ ਆਹ ਜਿਹੜਾ ਆਦਰ ਸਤਿਕਾਰ ਹੈਗਾ ਇੱਥੋਂ ਵੀ ਅਤੇ ਉੱਥੇ ਵੀ ਹਰ ਜਗ੍ਹਾ ਦੇ ਉੱਤੇ ਕਰਾਈ ਚੱਲੋ ਬਈ ਇਹੋ ਜਿਹੇ ਤਾਂ ਮਾਣ ਜਿਹੜਾ ਹੈਗਾ ਅੱਗੇ ਵੀ ਮਿਲਦਾ ਅਤੇ ਨਾਲੇ ਮਿਲਦਾ ਹੀ ਰਹਿੰਦਾ ਸਦਾ ਬਿਲਕੁਲ ਸਹੀ ਕਿਹਾ ਬਹੁਤ ਹੀ ਸੋਹਣਾ ਕਿਹਾ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਜੀ ਸ਼ੁਕਰੀਆ ਤੇਰਾ ਬੇਟੇ ਆਓ ਗੱਲਬਾਤ ਕਰਦੇ ਇੱਕ ਹੋਰ ਕਾਲਰ ਦੇ ਨਾਲ ਉਹਨਾਂ ਦਾ ਕੀ ਭਲਾ ਕੀ ਕਹਿਣਾ ਇਸ ਬਾਰੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਕੌਣ ਬੋਲ ਰਹੇ ਹੋ ਮੈਂ ਕਹਿ ਰਿਹਾ ਹੁਣ ਭੈਣ ਜੀ ਜੀ ਤੁਹਾਡੇ ਕੀ ਹਾਲ ਚਾਲ ਹੈ ਸੇਤਾ ਕਿਵੇਂ ਨੇ ਠੀਕ ਠਾਕ ਠੀਕ ਹੈ ਜੀ ਬਹੁਤ ਹੀ ਵਧੀਆ ਅੱਛਾ ਜੀ ਬਈ ਇੱਦਾਂ ਆ ਅਸੀਂ ਗੱਲਬਾਤ ਕਰਦੇ ਵੀ ਅੱਜ ਕੱਲ੍ਹ ਦੇ ਅਤੇ ਉਹ ਪੁਰਾਣੇ ਰਿਵਾਜ਼ਾਂ ਦੀ ਭਲਾ ਪੁਰਾਣੇ ਰਿਵਾਜ਼ਾਂ ਵਿੱਚ ਤੁਹਾਨੂੰ ਵੀ ਕੋਈ ਇਹੋ ਜਿਹੀ ਯਾਦ ਹੈਗੀ ਜਿਹੜੀ ਅਸੀਂ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ ਨਹੀਂ ਭੈਣ ਜੀ ਅੱਗੇ ਪੁਰਾਣੇ ਰਿਵਾਜ਼ ਵਿਆਹ 'ਚ ਵਿਖੇ ਚੱਲਦੇ ਹੁੰਦੇ ਵਿਆਹ 'ਚ ਜੀ ਮੰਜੇ ਚੱਲ ਗਏ ਚੇਤਾ
ਬਿਲਕੁਲ ਜੀ ਬਿਲਕੁਲ, ਉਹ ਕੋਠੇ ਦੇ ਚਬਾਰੇ ਉੱਤੇ ਮੰਜਾ ਪੈਣਾ, ਨਾਲ ਲਗਾ ਦੇਣਾ ਸਪੀਕਰ, ਅਤੇ ਇੱਧਰੋਂ ਦੀ ਉਹ ਬੋਲੀਆਂ ਅਤੇ ਢੋਲ ਦੇ ਡਗੇ ਉੱਤੇ ਉਹ ਜ ਨਜ਼ਾਰੇ ਹੁੰਦੇ ਸੀਗੇ। ਭਲਾ ਉਹ ਅੱਜ ਕੱਲ੍ਹ ਦੇ ਡੀਜਿਆਂ ਦੇ ਨਾਲ ਬਸ ਰਿਮਿਕਸ ਜੈਸ ਪੋਪ ਸਾਰੇ ਰਹਿ ਗਏ ਆ, ਹੈ ਨਾ। ਹਾਂਜੀ। ਅੱਛਾ ਜੀ, ਮੈਨੂੰ ਆਹ ਦੱਸੋ, ਤੁਹਾਡੇ ਵਿਆਹ ਦੀ ਹਜੇ ਕੋਈ ਯਾਦ ਜਾਂ ਫਿਰ ਇਹੋ ਜਿਹੇ ਕੋਈ ਰਿਵਾਜ਼ ਦੀ ਤੁਸੀਂ ਮਤਲਬ ਇਹੋ ਜਿਹੀ ਕੋਈ ਬਾਤਾਂ ਹੋਣ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੋ? ਭਲਾ ਕਿੱਦਾਂ ਜੀ? ਮੈਂ ਕਿਹਾ ਜੀ ਲੱਗਦਾ ਵਿਆਹ ਦੇ ਨਾਂ ਤੋਂ ਹੀ ਤੁਸੀਂ ਤਾਂ ਹੁਣੇ ਹੀ ਮਤਲਬ ਇਮੋਸ਼ਨਲ ਹੋ ਗਏ ਹੋ। ਹਾਏ ਆ, ਉਸ ਟਾਈਮ 'ਤੇ ਮੈਨੂੰ ਪਤਾ ਲੱਗ ਗਿਆ ਵੀ ਆਹ ਮੇਰਾ ਸਮਾਂ ਸੀਗਾ, ਅਤੇ ਇਹੋ ਜਿਹੀ ਵੀ ਘਬਰਾਹਟ ਵੀ ਬੜੀ ਮਨ ਦੇ ਵਿੱਚ ਹੁੰਦੀ, ਤੁਹਾਡੇ ਮਨ ਦੇ ਵਿੱਚ ਇਹੋ ਜਿਹੀ ਭਲਾ ਘਬਰਾਹਟ ਸੀਗੀ? ਨਹੀਂ ਨਹੀਂ ਸੀ। ਚਲੋ ਕੋਈ ਚੱਕਰ ਨਹੀਂ ਆ, ਬਈ ਖੁਸ਼ ਹੋ ਕੇ ਜਿਹੜਾ ਆ ਆਪਣਾ ਜਿਹੜਾ ਮਨ ਖੁਸ਼ ਰਹੇ, ਅਤੇ ਇੱਧਰੋਂ ਦੇ ਨਾਲ ਨਾਲ ਸਾਡੀਆਂ ਵੀ ਕੋਸ਼ਿਸ਼ਾਂ ਰਹਿੰਦੀਆਂ। ਅਤੇ ਅੱਜ ਕੱਲ੍ਹ ਦੇ ਭਲਾ ਰਿਸ਼ਤੇਦਾਰ ਦੇਖ ਲਓ, ਬਈ ਕਿਸੇ ਦੇ ਨਾਲ ਅਗਰ ਆਹ ਫੋਟੋ ਖਿਚਾਉਣ ਦੇ ਮਾਮਲੇ ਦੇ ਵਿੱਚ ਵੀ ਆਹ ਫੋਟੋ ਸਾਡੀ ਨਹੀਂ ਆਈ ਹੈਗੀ, ਲਓ ਜੀ ਆਪਾਂ ਤਾਂ ਗੁੱਸਾ ਮੰਨ ਗਏ ਹਾਂ। ਬਈ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਬਹੁਤ ਸਾਰੇ ਲੋਕ ਨਾ ਗੁੱਸੇ ਵੀ ਮੰਨ ਜਾਂਦੇ ਆ ਇਹੋ ਜਿਹੀ ਛੋਟੀ ਛੋਟੀ ਗੱਲਾਂ ਤੋਂ। ਭਲਾ ਇਹਦੇ ਬਾਰੇ ਕੀ ਤੁਹਾਡਾ ਕਹਿਣਾ? ਚਲੋ ਕੋਈ ਚੱਕਰ ਨਹੀਂ ਆ, ਬਈ ਮੈਂ ਦੱਸਦੀ ਪਈ ਸੀਗੀ ਕਿ ਇਹੋ ਜਿਹੇ ਆਹ ਹੁੰਦਾ ਹੈ ਕਿ ਨਿੱਕੀ ਨਿੱਕੀ ਗੱਲਬਾਤ ਹੁੰਦੀ ਹੈ ਅਤੇ ਰਿਸ਼ਤੇਦਾਰ ਔਖੇ ਸੌਖੇ ਹੋ ਜਾਂਦੇ ਆ। ਚਲੋ ਕੋਈ ਚੱਕਰ ਨਹੀਂ, ਆਪਾਂ ਜਾਣਦੇ ਸਾਡੇ ਹੋਰ ਕਾਲਰ ਤੋਂ, ਉਹਨਾਂ ਦਾ ਕੀ ਕਹਿਣਾ ਇਸ ਬਾਰੇ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਜੀ ਬਿਲਕੁਲ ਜੀ, ਮੈਂ ਤੁਹਾਡੀ ਆਵਾਜ਼ ਸੁਣ ਰਹੀ ਹੈਗੀ ਹਾਂ ਅਤੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ, ਅਤੇ ਆ ਜਾਓ ਫਿਰ ਗੱਲਾਂ ਬਾਤਾਂ ਕਰੀਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਸ਼ੁਭ ਨਾਮ ਹੈ ਜੀ? ਸੁਖਵੰਤ ਜੀ, ਕਿਵੇਂ ਹੋ? ਠੀਕ ਠਾਕ ਹੈ, ਮੈਂ ਪ੍ਰੋਗਰਾਮ ਦੇਖ ਰਹੀ ਸੀ, ਮੇਰਾ ਡਿਫਰੈਂਟ ਗੁਲਾਬੋ ਅੱਜ। ਬਿਲਕੁਲ ਜੀ ਬਿਲਕੁਲ, ਹੁਣ ਗੁਲਾਬੋ ਜਿਹੜੀ ਹੈਗੀ ਨਵੀਂ ਜਿਹੜੀ ਹੈ ਇੱਕਦਮ ਆਈ ਹੈਗੀ ਹੈ। ਅੱਛਾ ਜੀ, ਮੈਂ ਪੁੱਛਣ ਦੀ ਸੀਗੀ ਆ ਰਿਵਾਜ਼ਾਂ ਦੇ ਬਾਰੇ, ਅਤੇ ਭਲਾ ਤੁਹਾਨੂੰ ਇਹੋ ਜਿਹੀ ਕੋਈ ਗੱਲ ਚੇਤਾ ਹੈਗੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ? ਹਾਂਜੀ, ਮੈਂ ਆਪ ਤਾਂ ਨਹੀਂ ਹੰਢਾਈ, ਪਰ ਮੈਂ ਸੁਣੀ ਆਪਣੀ ਮੰਮੀ ਦੇ ਕੋਲੋਂ ਵੀ ਉਦੋਂ ਜਿਹੜੀਆਂ ਬਰਾਤਾਂ ਹੈ ਘੱਟੋ ਘੱਟ 3 ਦਿਨ ਰਹਿੰਦੀਆਂ ਹੁੰਦੀਆਂ ਸੀ, ਅਤੇ ਊਂਠਾਂ ਘੋੜਿਆਂ 'ਤੇ ਆਉਂਦੇ ਸੀ, ਅਤੇ ਸਿਰਫ ਜਨੇਤਿਆਂ ਨੂੰ ਹੀ ਨਹੀਂ ਸੀ ਸੰਭਾਲਦੇ, ਉਹਨਾਂ ਦੇ ਜਿਹੜੇ ਡੰਗਰ ਹੁੰਦੇ ਸੀ ਉਹਨਾਂ ਨੂੰ ਪੱਠੇ ਪਾਉਣੇ, ਚਾਰਾ ਕਰਨਾ, ਅਤੇ ਕਾਫੀ ਜਿਹੜਾ ਜ਼ਿੰਮੇਵਾਰੀ ਹੁੰਦੀ ਸੀ ਕੁੜੀ ਵਾਲਿਆਂ ਦੇ ਉੱਤੇ। ਬਿਲਕੁਲ ਜੀ ਬਿਲਕੁਲ, ਸਹੀ ਕਿਹਾ ਤੁਸੀਂ, ਬਈ ਇੰਨੇ ਸਾਰਾ ਆਓ ਭਗਤ ਕਰਦੇ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਦੇਖ ਲਓ ਅਸੀਂ ਉਹੀ ਗੱਲ ਤਾਂ ਕਰੀ ਜਾਂਦੇ ਹਾਂ। ਭਲਾ ਰਿਸ਼ਤੇਦਾਰ ਜਿਹੜੇ ਹੁੰਦੇ, ਜਿਹੜੇ ਆਪਣੇ ਹੀ ਰਿਸ਼ਤੇਦਾਰ ਹੁੰਦੇ, ਉਹਨਾਂ ਨੂੰ ਸੱਦਾ ਦੇਣਾ ਹੁੰਦਾ ਤਾਂ ਸਿੱਧਾ ਕਹਿ ਦਿੰਦੇ ਆਹ ਐਡਰੈਸ ਆ, ਆਹ ਪਤਾ ਆ, ਭਲਾ ਇੱਥੇ ਪਹੁੰਚ ਜਾਇਓ, ਡੱਬਾ ਵੀ ਤੁਹਾਨੂੰ ਉੱਥੇ ਦੇ ਛੱਡਾਂਗੇ। ਕਹੀਏ ਸਹੀ ਹੈ ਕਿ ਨਹੀਂ ਸਹੀ ਆ? ਬਿਲਕੁਲ ਸਹੀ ਆ। ਜੇ ਕਿਸੇ ਨੇ ਦੇਖਣੇ ਨਾ ਪੁਰਾਣੇ ਰਿਵਾਜ਼, ਮੈਂ ਕਹਾਂਗੀ ਜਿਹੜੀ ਅੰਗਰੇਜ਼ ਮੂਵੀ ਹੈ ਨਾ, ਸਾਰੇ ਦੇਖਣ ਤੇ ਬੱਚਿਆਂ ਨੂੰ ਦਿਖਾਣ, ਉਹਦੇ ਚ ਸਾਰਾ ਦੱਸਿਆ ਪੁਰਾਣੇ ਕਿੱਦਾਂ ਵਿਆਹ ਸੀ, ਕਿਵੇਂ ਲੋਕਾਂ ਦਾ ਰਹਿਣ ਸਹਿਣ ਸੀਗਾ, ਤੇ ਬੜਾ ਚੰਗਾ। ਮੈਂ ਬੜੀ ਦੇਰ ਤੋਂ ਚਾਹੁੰਦੀ ਸੀ ਵੀ ਇਸ ਤਰ੍ਹਾਂ ਤੁਸੀਂ ਨਾ ਇੱਕ ਕੋਈ ਨਾ ਕੋਈ ਆਪਣੇ ਸੱਭਿਆਚਾਰ ਦੀ ਚੀਜ਼ ਲਿਆ ਕੇ ਲੋਕਾਂ ਨੂੰ ਇੰਟਰੋਡਿਊਸ ਕਰੋ ਵੀ ਆਹ ਪੀੜੀ ਹੈ ਕਿਵੇਂ ਬੁਣੀ ਜਾਂਦੀ ਹੈ, ਉਹਦਾ ਨਾ ਫਿਰ ਦੂਜੀ ਵਾਰੀ ਚਰਖੇ ਤੇ ਖਾਲੀ ਗੱਲ, ਚਰਖੇ ਤੇ ਬੋਲੀ, ਚਰਖਾ ਕਿਵੇਂ ਬਣਦਾ, ਕਿਵੇਂ ਕੱਤਿਆ ਜਾਂਦਾ, ਤੁਸੀਂ ਸਹੀ ਕਿਹਾ ਕਿ ਤੁਸੀਂ ਨਾ ਜੇ ਭਾਜੀ ਲੈ ਕੇ ਆ ਗਈ। ਚਲੋ ਚੰਗਾ ਜੀ, ਮੈਂ ਭਾਜੀ ਲੈ ਕੇ ਆਣੀ ਤੇ ਇਹੋ ਜਿਹੀ ਗੱਲਾਂ ਬਾਤਾਂ ਸੀ ਹੀ ਕਰਦੇ ਰਹੋਗੇ ਫਿਲਹਾਲ। ਉਹ ਆਈ ਆ। ਅੱਛਾ ਜੀ, ਮੈਂ ਭਾਜੀ ਲੈ ਕੇ ਆਉਣੀ ਆ, ਫਿਰ ਗੱਲਬਾਤ ਅਸੀਂ ਏਦਾਂ ਹੀ ਜਾਰੀ ਰੱਖਾਂਗੇ ਹੁਣ ਲਈ। ਸਤਿ ਸ਼੍ਰੀ ਅਕਾਲ।